ਇੰਨਾ ਵਧੀਆ ਠੰਡਾ ਕਮਰਾ ਸੀ ਤੇਰੇ ਘਰਾਣੇ ਨੀਂਦ ਆਉਂਦੀ ਮਤ ਲੱਗਦੀ ਗੱਲ ਬੋਲ ਕੀ ਦੱਸਾਂ ਤੈਨੂੰ ਤੇਰੇ ਘਰਾਣੇ ਨੀਂਦ ਕਿਤੇ ਆਉਂਦੀ ਮਤ ਇੰਨੀ ਉੱਚੀ ਉੱਚੀ ਘਰਾੜੇ ਮਾਰਦੀਆਂ ਅਜੇ ਤਾਂ ਦਿਮਾਗ ਹੈਗਾ ਸਾਡਾ ਤਾਂ ਕੁਛ ਨਾ ਤੇ ਮੇਰੇ ਵੱਲ ਮੂੰਹ ਵੱਲ ਦੇਖੇ ਮੈਂ ਇਹਦੇ ਮੂੰਹ ਵੱਲ ਦੇਖਾਂ ਨਾਲ ਤੇਰੇ ਘਰਾਣੇ ਸੁਣਦੇ ਸੀ ਸਾਡਾ ਦਿਮਾਗ ਸੁੰਨ ਹੋ ਗਿਆ ਸਾਰੀ ਗੱਲ ਨੀਂਦ ਨਹੀਂ ਆਈ ਪੁੱਤ ਫਿਰ ਤੁਸੀਂ ਔਖੇ ਰਹੋ ਤੁਸੀਂ ਆਏ ਕਰ चलो परेशानी करने क्यों कटनी सी मैंने जगा चलो घराड़े मारने कुछ ना तू अच्छा सारी रात एक दूजे के मुंह देख के कड़ी ਮੈਨੂੰ ਵੀ ਤੁਸੀਂ ਜਗਾ ਲੈਣਾ ਸੀ ਮੈਂ ਵੀ ਤੁਹਾਡੇ ਕੋਲ ਬੈ ਜਾਣਾ ਰਾਣੇ ਕੰਨਾ ਵਧੀਆ ਹੋ ਰਿਹਾ ਸੀ ਨਹੀਂ ਨਹੀਂ ਕਿ ਮੈਂ ਦੀ ਵਿੱਚ ਲਾ ਲੈਂਦੀ ਮੈਂ ਵੀ ਤੁਹਾਡੇ ਨਾਲ ਇਹ ਵਧੀਆ ਹੋ ਰਿਹਾ ਸੀ ਚਲੋ ਗੱਲ ਸੀ ਓਮ ਸ਼ਾਂਤੀ ਦੇ ਚਲੋ ਰੈਡੀ ਐਕਸ਼ਨ ਤੁਮੀ ਤੂੰ ਇੰਨੇ ਘਰਾੜੇ ਮਾਰੇ ਸਾਡਾ ਪੁੱਛ ਨਾ ਨੂੰ ਅਸ ਤਾਂ ਸਾਰੀ ਰਾਤ ਇੱਕ ਦੂਜੇ ਦਾ ਮੂੰਹ ਦੇਖ ਕੇ ਕੱਢੀ ਆਇਆ ਮੈਨੂੰ ਵੀ ਜਗਾ ਲੈਣਾ ਸੀ ਮੈਂ ਤੁਹਾਡੇ ਕੋਲ ਪੁੱਤ ਬਹਿ ਜਾਂਦੀ ਘਰਾੜੇ ਮਾਰਦੀ ਮੈਂ ਤੁਹਾਨੂੰ ਕਮ ਸੇ ਕਮ ਘਰਾੜੇ ਤਾਂ ਨਾ ਸੁਣਦੇ ਹੁਣ ਆਏ ਕਰੋ ਤੁਸੀਂ ਕੱਲ ਤੋਂ ਮੰਜੇ ਪਰ ਦੁਆ ਨੂੰ ਕਿਹਾ ਬਾਤ ਕਿ ਇਦਾਂ ਕਰਿਓ ਕੱਲ ਤੋਂ ਮੇਰੇ ਨਾ ਮੂੰਹ ਦੇ ਵਿੱਚ ਕੁਝ ਪਾ ਦਿਆ ਕਰੋ ਨਹੀਂ ਨਹੀਂ ਚੱਲ ਨਹੀਂ ਮੈਂ ਦਿਖਾਉਂ ਡਾਕਟਰ ਨੂੰ ਕਿ ਘਰਾੜੇ ਕਾਹਤੇ ਆਉਂਦੇ ਆ ਬਸ ਨਹੀਂ ਇੱਕ ਨੱਕ ਤੇ ਮੈਨੂੰ ਪੁੱਤ ਪੱਟੀ ਜੀ ਮਿਲਦੀ ਆ ਲਾਉਣ ਵਾਲੀ ਸੱਚੀ ਮਿਲਦੀ ਉਹ ਲਿਆ ਦੇ ਮੈਨੂੰ ਕਿਥੋਂ ਸੇ ਵੀ ਔਖੇ ਹੋਵੋਗੇ ਹਾਂ ਅਗਰ ਤੁਸੀਂ ਵੀ ਨਹੀਂ ਔਖੇ ਮੈਂ ਵੀ ਔਖੇ ਹੋਵਾਂਗੀ ਤੇ ਆਰਾਮ ਨਾਲ ਤਾਂ ਨਿਆਣੇ ਪੈ ਜਾਗਾ ਠੀਕ ਆ ਚਲੋ ਐਕਸ਼ਨ ਪੁੱਛਣਾ ਮੰਮੀ ਤੋਂ ਇੰਨਾ ਬੁਰਾ ਕੀਤਾ ਨਾ ਇੰਨੇ ਘਰਾੜੇ ਮਾਰੇ ਹੱਥ ਤੋਂ ਵੱਧ ਸਾਰੀ ਰਾਤ ਉਸ ਤੇ ਇੱਕ ਦੂਜੇ ਦਾ ਮੂੰਹ ਦੇਖ ਕੇ ਕੱਢੀ ਪੁੱਤ ਜੀ ਮੈਨੇ ਵੀ ਠਰ ਲੈਣਾ ਸੀ ਮੈਂ ਘਰਾੜੇ ਮਾਰਨਾ ਤਾਂ ਹਟ ਜਾਂਦੀ ਤੁਹਾਡੇ ਨਾਲ ਮੈਂ ਕੱਟ ਲੈਂਦੀ ਤੇ ਲਈ ਜੀ ਤੁਸੀਂ ਕੱਟਦੇ ਸੀ ਨਹੀਂ ਨਹੀਂ ਦਾ ਇੱਕ ਦੂਜੇ ਦਾ ਮੂੰਹ ਨਹੀਂ ਚਾਹਦੇ ਮੈਂ ਤਾਂ ਬਸ ਇਹ ਨਹੀਂ ਮੈਂ ਫੰਬਰ ਆ ਗਿਆ ਮੈਨੂੰ ਪਤਾ ਲੱਗ ਗਿਆ ਤੁਸੀਂ ਆ ਗਿਆ ਵੀ ਮਾਰ ਕੇ ਦੀ ਜਿਹੜੀ ਤਕਲੀਫ ਤੁਸੀਂ ਕਰਤੀ ਤਕਲੀਫ ਕੀ ਹੋ ਹੁਣ ਨਹੀਂ ਹਾਂ ਨਾ ਤੁਸੀਂ ਇਹ ਕੰਮ ਆਏ ਨੂੰ ਪੈਣ ਵੀ ਨਹੀਂ ਦਿੰਦੇ ਚਲੋ ਯਾਰ ਹਾਂ ਮਾਤਾ ਚਲੋ हां दोबारा फिर मैं मत तो डायलॉग सही नहीं बोल दी खंबर आ तो डायलॉग बोल दी पिया नाल थोड़ा ऊंची बोलो आवाज नहीं सुननी चले खंबर आंदा मत खंबर आंदी सुती होती है खंबर आंदा हुन तो दोपहर हो गया सुती चलो मां देखनी खंबर जी तो बनाते चलो रेडी एक्शन पूछना वाले ने कराड़े मार दिए अस तो सारी रात एक दूसरे का मुंह देख के कटी दस मेनू भी जगा लंदे तुस गर्मी मर गए
ਕੀ ਪੇਂਟਿੰਗ ਸੀ ਸਾਰੇ ਜਾਣ ਕੇ ਬੈਠੇ ਰਹੇ ਰੱਜ ਭਰਨ ਚਲੋ ਐਕਸ਼ਨ ਮੰਮੀ ਇੰਨੇ ਘਰਾੜੇ ਮਾਰੇ ਪੁੱਛਣਾ ਤੋਂ ਇੰਨਾ ਬੁਰਾ ਹਾਲ ਹੋ ਗਿਆ ਮੰਮੀ ਇਸ ਤਾਂ ਸਾਰੀ ਰਾਤ ਇੱਕ ਦੂਜੇ ਦਾ ਮੂੰਹ ਦੇਖ ਕੇ ਕੱਟੀ ਹੋਰ ਕੀ ਬਸ ਇੰਨੀ ਤਕਲੀਫ ਚ ਸੀਗੇ ਮੈਨੂੰ ਵੀ ਠਾਹ ਲੈਂਦੇ ਕੀ ਠਾਹ ਲੈਂਦੇ ਮੈਂ ਵੀ ਬਹਿਣਾਂ ਦੀ ਬਹੁਤ ਇੰਨੀ ਤਕਲੀਫ ਕੱਟਣ ਦੀ ਕਿਹੜੀ ਕੋਰ ਸੀ ਫਿਰ ਘੜਾੜੇ ਰਵਾਏ ਤੇ ਤੂੰ ਆਵੇਂ ਘਰ ਪੁੱਤ ਸੱਜ ਹਾਂ ਕੱਕਣਾ ਕਹਿੰਦੇ ਪੱਟੀ ਮਿਲਦੀ ਆ ਘੜਾੜੇ ਤੋਂ ਤੇ ਨੱਕ ਦੇ ਤੇ ਐ ਲਾ ਲੈਂਦੇ ਆ ਉਹਦੇ ਨਾਲ ਘੜਾੜੇ ਵੱਜਦੇ ਨਹੀਂ ਅੱਛਾ ਉਹ ਲਿਆ ਕੇ ਦੇ ਮੈਨੂੰ ਹਾਂ ਇਹ ਤੇ ਤੇ ਜਾ ਕੇ ਲੈ ਚਲੋ ਲੋਕਾਂ ਨੂੰ ਪਤਾ ਨਹੀਂ ਘੜਾੜੇ ਨੂੰ ਪੱਟੀ ਮਿਲਦੀ ਆ ਮੈਂ ਤਾਂ ਮਿਲਦੀ ਨਹੀਂ ਨਹੀਂ ਉਹ ਗੱਲ ਕਰਦੇ ਕਿ ਲੋਕੀ ਲੈਣ ਚਲੋ 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 ਐਕਸ਼ਨ ਚਲੋ ਇਹ ਤਾਂ ਤੇ ਕੰਮ ਕਰ ਤੂੰ ਮੈਂ ਤੇ ਮੁੜੇ ਉੱਪਰ ਕੇ ਗਿਆ ਨਾ ਕਿ ਨਹੀਂ ਗਿਆ ਸੀ परेशानी खत्म कर रही है ना ਪਮਨ ਫਿਰ ਤੇ ਨਹੀਂ ਪਾਣਾ ਤਾਂ ਤਿੰਨਾ ਮੂੰਹ ਪੈਣਾ ਤਿੰਨੇ ਪੁੱਤ ਮੈਂ ਕਿੱਥੇ ਪੈ ਗਈ ਬਾਹਰ ਇੱਕ ਮਿੰਟ ਪਾਪੀ ਨਹੀਂ ਨਹੀਂ ਤੁਸੀਂ ਉਸ ਅਕੋਰਡਿੰਗ ਮੰਮੀ ਮੰਮੀ ਆ ਮੈਂ ਸਿਸਟਮ ਕੱਟ ਕਰੋ ਕਿਤੇ ਦੇਖ ਰਿਹਾ ਕਿ ਰੋਣਾ ਕਿੰਨਾ ਗੰਦਾ ਹੁੰਦਾ ਨਾ ਮਾ ਤਾਂ ਬੋਲ ਕੋਈ ਨਾ ਫਿਰ ਜੇ ਪੈ ਗਈ ਆਪਣੇ ਘਰੇ ਹੁਣ ਤੂੰ ਮੰਮੀ ਕਿੱਥੇ ਪੈਣਾ ਫਿਰ ਮੈਂ ਤਾਂ ਇੱਥੇ ਬੱਸ ਤੇ ਇੱਦਾਂ ਵੀ ਹਾਏ ਹੋਰ ਕੰਸਟ੍ਰਕਟ ਕੋ ਰਹਿੰਦੇ ਆ ਬੈਸਕਟ ਕਿਸੇ ਦੀ ਚਲਾ ਫੇਰ ਤੋੜ ਕੇ ਮੇਰੇ ਦੇ ਸਿੱਧੀ ਕਰ ਲੈ ਤੂੰ ਵੀ ਹਾਂ ਇਹ ਰੱਖ ਹੁਣ ਤੂੰ ਮੰਮੀ ਕਿੱਥੇ ਪੈਣਾ ਮੈਂ ਤਾਂ ਇੱਥੇ ਕਹੂੰਗੀ ਅੱਜ ਸੀਟ ਤੇ ਜਿੱਥੇ ਬੈ ਮੈਂ ਨਹੀਂ ਹਾਂ ਪਰ ਸੀਟ ਵੀ ਪੈਂਦੀ ਆ ਤੇ ਆਪਣੀ ਸੀਟ ਮਲੱਕੀ ਹੋਈ ਮੈਂ ਤਾਂ ਇੱਥੇ ਕਹੂੰਗੀ ਫੇਰ ਇੱਥੇ ਪਾਣਾ ਹੋਰ ਹੁਣ ਕਿੱਥੇ ਜਾਵਾਂ ਚਲ ਤੇਰੇ ਮਨ ਚ ਕੀ ਜਾਵੇ ਮਾਂ ਇੱਥੇ ਨਾ ਪਵੇ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਹੋਰ ਕਿਤੇ ਗੱਲ ਰੋਜ਼ ਹੀ ਪੁੱਛਣ ਲੱਗ ਜਾਂਦੇ ਤੁਸੀਂ ਕਿੱਥੇ ਪੈਣਾ ਕਿੱਥੇ ਪੈਣਾ ਚਲ ਮੈਂ ਕਦੇ ਮੰਜੇ ਤੇ ਪੈਣਾ ਮੰਮੀ ਇਦਾਂ ਹੋਰ ਤਾਂ ਕੀ ਪੁੱਛਣਾ ਮੈਂ ਮੰਜੇ ਤੇ ਪੈਣਾ ਮੇਰੇ ਲਈ ਮੰਜਾ ਲਿਆ ਦੇ ਮੈਂ ਮੂੰਹ ਹੱਥੋਂ ਗਿਆ ਆਓ ਕੋਈ ਨਾ ਲਿਆ ਦਿੰਦੇ ਡਾ ਦਿੰਦੇ ਚਲੋ ਮੰਜਾ ਲਿਆ ਦਿੰਦੇ ਹਾਂ ਰੋਜ਼ ਹੀ ਲੱਗ ਜਾਂਦਾ